ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਇਹ ਤਿੰਨ ਕਰਾਂ ਦੇ ਵਿੱਚ ਹਮੇਸ਼ਾ ਬਰਕਤ ਵਾਸ ਕਰਦੀ ਹੈ ਤੇ ਇਹ ਪੰਜ ਕੰਮ ਕਦੇ ਨਾ ਕਰੋ ਕਰ ਗਰੀਬੀ ਦਲਿਤਰ ਆਪ ਆ ਕੇ ਵਾਸ ਕਰਦੇ ਇਸ ਲਈ ਸਭ ਅਗੇ ਬੇਨਤੀ ਹੈ ਕਿ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਜਣ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਆ ਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਜਾਣਦੇ ਤਿੰਨ ਘਰਾਂ ਦੇ ਵਿੱਚ ਹਮੇਸ਼ਾ ਬਰਕਤ ਹੀ ਬਰਕਤ ਵਾਸ ਕਰਦੀ ਤੇ ਪੰਜ ਕੰਮ ਕਰ ਕਦੇ ਨਾ ਕਰੋ ਕਰਦਲਿੱਤਰ ਤੇ ਗਰੀਬੀ ਆਉਂਦੀ ਇਹ ਵੀਡੀਓ ਬਹੁਤ ਜਾਣਕਾਰੀ ਦੇਵੇਗੀ ਇਸ ਲਈ ਆਖਿਰ ਤੱਕ ਜਰੂਰ ਵੇਖ ਜੇਕਰ ਤੁਸੀਂ ਘਰ ਬਰਕਤ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਤੁਸੀਂ ਆਪਣੇ ਘਰ ਮਿਹਰ ਚਾਹੁੰਦੇ ਹੋ ਹਰ ਤਰ੍ਹਾਂ ਦੀ ਤੁਹਾਡੇ ਘਰ ਚੈਨ ਸਕੂਨ ਹੋਵੇ ਬਰਕਤ ਹੋਵੇ ਬਿਮਾਰੀ ਤੇ ਗਰੀਬੀ ਤੁਹਾਡੇ ਘਰੋਂ ਕੋਹਾਂ ਦੂਰ ਹੋਵੇ ਤਾਂ ਇਹ ਜਾਣਕਾਰੀ ਨੂੰ ਧਿਆਨ ਨਾਲ ਸੁਣੋ ਤਾਂ ਇਸ ਨਾਲ ਤੁਹਾਨੂੰ ਹਰੇਕ ਗੱਲ ਦੀ ਗਹਿਰਾਈ ਵੀ ਸਮਝ ਆਵੇਗੀ ਇੱਕ ਵਾਰ ਇੱਕ ਮਨੁੱਖ ਇੱਕ ਸੰਤ ਜੀ ਕੋਲ ਗਿਆ ਕਿਹਾ ਸਾਡੇ ਘਰ ਬਰਕਤ ਨਹੀਂ ਅਸੀਂ ਕੀ ਕਰੀਏ ਤਾਂ ਸੰਤ ਜੀ ਕੁਝ ਸਮੇਂ ਬਾਅਦ ਕਿਹਾ ਜਾ ਕੇ ਆਪਣੇ ਘਰ ਬੁਹੇ ਤੇ ਖਿੜਕੀਆਂ ਅੱਗੇ ਪਰਦੇ ਟੱਕ ਦੇ ਹੋ ਗਿਆ ਉਹਨੇ ਉਹਵੇਂ ਕੀਤਾ ਸਾਰੇ ਬੁਹੇ ਬਾਰੀਆਂ ਅੱਗੇ ਪਰਦੇ ਲਾ ਦਿੱਤੇ ਅਗਲੇ ਹਫਤੇ ਫੇਰ ਉਸ ਸੰਤ ਜੀ ਕੋਲ ਆਇਆ ਆ ਕੇ ਪੁੱਛਿਆ ਸੰਤ ਜੀ ਸਾਰੇ ਬੁਹੇ ਬਾਰੀਆਂ ਅੱਗੇ ਪਰਦੇ ਲਾ ਦਿੱਤੇ ਨੇ ਪਰ ਇਸ ਦਾ ਕਾਰਨ ਤਾਂ ਦੱਸੋ ਵੀ ਪਰਦੇ ਲਵਾਏ ਕਿਉਂ ਨੇ ਤਾਂ ਸੰਤ ਜੀ ਕਿਹਾ ਤੇਰੇ ਘਰ ਦੇ ਅੱਗੋਂ ਉਹ ਲੰਘਦੇ ਸਨ ਜੋ ਕਦੇ ਵੀ ਪਰਮਾਤਮਾ ਦਾ ਨਾਮ ਨਹੀਂ سن ਲੈਂਦੇ ਉਹਨਾਂ ਦੇ ਮਾੜੇ ਬੋਲ ਤੇਰੇ ਘਰ ਦੇ ਜੀਆਂ ਤੇ ਅਸਰ ਪਾਉਂਦੇ ਸਨ ਉਹਨਾਂ ਦੀਆਂ ਨਜ਼ਰਾਂ ਵੀ ਤੇਰੇ ਘਰ ਤੇ ਅਸਰ ਪਾਉਂਦੀਆਂ ਸਨ ਜਿਸ ਨਾਲ ਤੇਰੇ ਜੀ ਉਵੇਂ ਦਾ ਅਸਰ ਹੋਣ ਕਰਕੇ ਫਿਰ ਉਮੀ ਦੇ ਕੰਮ ਤੇ ਬੋਲ ਬੋਲਦੇ ਸਨ ਤੇ ਤੇਰੇ ਘਰ ਫਿਰ ਬਰਕਤ ਨਹੀਂ ਸੀ ਆਉਣ ਦੇਂਦੇ ਤੇਰੇ ਘਰ ਦੇ ਜੀ ਉਹਨਾਂ ਵਰਗੇ ਹੋ ਕੇ ਰੱਬ ਦਾ ਨਾਮ ਨਹੀਂ سن ਲੈਂਦੇ ਫਿਰ ਦਸ ਬਰਕਤ ਕਿਵੇਂ ਆ ਸਕਦੀ ਸੀ ਬਰਕਤ ਉਥੇ ਆਉਂਦੀ ਹੈ ਜਿੱਥੇ ਪਰਮਾਤਮਾ ਦਾ ਨਾਮ ਘਰ ਦੇ ਜੀ ਲੈਣ ਤੇ ਮੁਖ ਵਿੱਚੋਂ ਉਚਾਰਨ ਐਵੇਂ ਦੇ ਕਰ ਹਮੇਸ਼ਾ ਬਰਕਤ ਵਾਸ ਕਰਦੀ ਹੈ ਇੱਕ ਹੋਰ ਮਨੁੱਖ ਸੰਤ ਜੀ ਕੋ ਲਾਇਆ ਕਿਹਾ ਸੰਤ ਜੀ ਸਾਡੇ ਕਰਨਾ ਪ੍ਰਸ਼ਾਦੇ ਵਿੱਚ ਜਮਾ ਬਰਕਤ ਨਹੀਂ ਅਸੀਂ ਖਾ ਵੀ ਲਏ ਤਾਂ ਵੀ ਨਹੀਂ ਢਿੱਡ ਭਰਦਾ ਸੰਜੀ ਕਹਿੰਦੇ ਤੁਸੀਂ ਸਾਰੇ ਜਣੇ ਪ੍ਰਸ਼ਾਦਾ ਵੱਖ-ਵੱਖ ਬੈਠ ਕੇ ਛਕਦੇ ਉਹ ਕੁਛ ਸਮੇਂ ਬਾਅਦ ਸੋਚ ਵਿਚਾਰ ਕੇ ਕਹਿੰਦਾ ਹਾਂਜੀ ਵੱਖ-ਵੱਖੀ ਖਾਣੇ ਆ ਜਿਦਾ ਜਦੋਂ ਮਨ ਹੋਇਆ ਪਾ ਕੇ ਤੇ ਖਾ ਲਿਆ ਸੰਜੀ ਕਹਿੰਦੇ ਇਕੱਠੇ ਬੈਠ ਕੇ ਪ੍ਰਸ਼ਾਦਾ ਖਾਇਆ ਕਰੋ ਤੇ ਪਰਮਾਤਮਾ ਦਾ ਨਾਮ ਲੈ ਪ੍ਰਸ਼ਾਦਾ ਖਾਇਆ ਕਰੋ ਪਰਮਾਤਮਾ ਤੁਹਾਡੇ ਖਾਣੇ ਵਿੱਚ ਬਰਕਤ ਪਾਉਣਗੇ ਘਰ ਵਿੱਚ ਵੀ ਪਾਉਣਗੇ ਕਿਸੇ ਭੁੱਖੇ ਦਾ ਵੀ ਢਿੱਡ ਭਰਿਆ ਕਰੋ ਇਸ ਤਰ੍ਹਾਂ ਇਕੱਠੇ ਬੈਠ ਕੇ ਖਾਣਾ ਪਰਮਾਤਮਾ ਦਾ ਨਾਮ ਲੈ ਕਿਸੇ ਦਾ ਢਿੱਡ ਭਰਨ ਨਾਲ ਤੁਹਾਡੇ ਘਰ ਦੇ ਅੰਨ ਤੇ ਧੰ ਦੇ ਭੰਡਾਰ ਭਰੇ ਰਹਿਣਗੇ ਤੇ ਤੁਹਾਨੂੰ ਵੀ ਪਰਮਾਤਮਾ ਸਬਰ ਤੇ ਸੰਤੋਖ ਦੀ ਦਾਤ ਦੇਣਗੇ ਕਿੰਦਾ ਠੀਕ ਹੈ ਜੀ ਫਿਰ ਕਿਹਾ ਵੀ ਘਰ ਆਏ ਹਰੇਕ ਮਨੁੱਖ ਜੋ ਵੀ ਮਹਿਮਾਨ ਆਇਆ ਉਹ ਆਪਣਾ ਨਸੀਬ ਆਪਣੇ ਨਾਲ ਲੈ ਕੇ ਆਉਂਦਾ ਤੇ ਜੋ ਅਤੀਥੀ ਸਤਿਕਾਰ ਕਰਦਾ ਜਾਂਦੇ ਸਮੇਂ ਉਹ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਨੂੰ ਨਾਲ ਲੈ ਜਾਂਦਾ ਜਿਸ ਘਰ ਦਾ ਰੋਟੀ ਪ੍ਰਸ਼ਾਦ ਦਾ ਕਿਸੇ ਦਾ ਢਿੱਡ ਭਰਦਾ ਐਵੇਂ ਦੇ ਕਰ ਪ੍ਰਮਾਤਮਾ ਬਹੁਤ ਮਿਹਰ ਕਰਦੇ ਨੇ ਐਵੇਂ ਦੇ ਕਰਤੇ ਬਰਕਤ ਮਿਹਰਦਾਰੀ ਹਮੇਸ਼ਾ ਹੀ ਵਸਤਾ ਰਹਿੰਦਾ ਫਿਰ ਉਹ ਤਿੰਨ ਘਰ ਕਿਹੜੇ ਨੇ ਜਿਹੜੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਣ ਪ੍ਰਮਾਤਮਾ ਦਾ ਨਾਮ ਲੈਣ ਕਿਸੇ ਦਾ ਟਿੱਡਪਨ ਘਰਾਏ ਮਹਿਮਾਨ ਦੀ ਜਾਂ ਕੋਈ ਵੀ ਜੀ ਆਵੇ ਉਹਦੀ ਆਉ ਭਗਤ ਕਰਨ ਤੇ ਜੋ ਵੀ ਉਹਨਾਂ ਦੇ ਕੋਲ ਰੁੱਖਾ ਮਿੱਸਾ ਜਿਵੇਂ ਦਾ ਹੋਵੇ ਉਹਨਾਂ ਨੂੰ ਦੇ ਤੇ ਆਪਣੇ ਘਰ ਦੇ ਬੁਹੇਬਾਰੀਆਂ ਅੱਗੇ ਹਮੇਸ਼ਾ ਪਰਦੇ ਰੱਖਣ ਕਹਿੰਦੇ ਆਪਾਂ ਜੋ ਪ੍ਰਸ਼ਾਦਾ ਬਣਾਉਨੇ ਆ ਨਾ ਕਹਿੰਦੇ ਉਹਦੇ ਬਣਾਉਣ ਸਮੇ ਆਪਾਂ ਕੁਝ ਐਵੇਂ ਦੀਆਂ ਗਲਤੀਆਂ ਕਰਦੇ ਆ ਜਿਸ ਕਾਰਨ ਫਿਰ ਘਰ ਵਿੱਚ ਨਾ ਗਰੀਬੀ ਰਹਿੰਦੀ ਹੈ ਭਾਵੇਂ ਉਹ ਆਪਾਂ ਭਾਵੇਂ ਜਾਣੇਣ ਜਾਣੇ ਕਰਦੇ ਆ ਜਾਂ ਕਈ ਵਾਰ ਆਪਣੇ ਤੋਂ ਔਵੇਂ ਹੋ ਜਾਂਦੀਆਂ ਤੇ ਉਹ ਬਹੁਤ ਅਸਰ ਪਾਉਂਦੀਆਂ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਵੀ ਖਾਣੇ ਦੀ ਜਿੰਨੀ ਵੀ ਇੱਜ਼ਤ ਕਰੋਗੇ ਪਰਮਾਤਮਾ ਓਨਾ ਹੀ ਜ਼ਿਆਦਾ ਤੁਹਾਨੂੰ ਰਿਜਕ ਦੇਣਗੇ ਤੇ ਓਨਾ ਹੀ ਜ਼ਿਆਦਾ ਉਸ ਚੀਜ਼ ਦੇ ਨਾਲ ਤੁਹਾਨੂੰ ਨਵਾਜਣਗੇ ਆਪਣੇ ਵਿੱਚੋਂ ਬਹੁਤ ਸਾਰੀਆਂ ਬੀਬੀਆਂ ਬਿਨਾ ਵਾਈਗਰੂ ਦਾ ਨਾਮ ਲੈ ਪ੍ਰਸ਼ਾਦਾ ਪਾਣੀ ਬਣਾਉਣ ਲੱਗ ਜਾਂਦੀਆਂ ਨੇ ਹਮੇਸ਼ਾ ਯਾਦ ਰੱਖੋ ਵਾਈਗਰੂ ਦਾ ਨਾਮ ਲੈ ਪ੍ਰਸ਼ਾਦਾ ਬਣਾਉਣਾ ਸ਼ੁਰੂ ਕਰੋ ਵੱਧ ਸਵਾਦ ਤੇ ਅੰਮ੍ਰਿਤ ਵਾਂਗ ਲੱਗੇਗਾ ਐਵੇਂ ਕਰਨ ਦੇ ਨਾਲ ਘਰ ਬੇਸ਼ੁਮਾਰ ਬਰਕਤ ਵੀ ਹੋਵੇਗੀ ਆਪਣੇ ਵਿੱਚ ਕੁਝ ਜਣੇ ਭਾਂਡੇ ਵਾਲੇ ਟੋਕਰੇ ਜਾਂ ਭਾਂਡਿਆਂ ਨੂੰ ਪੈਰ ਨਾਲ ਪਾਸੇ ਖਿਸਕਾ ਦਿੰਦੇ ਨੇ ਜਾਂ ਫਿਰ ਮੜੀ ਜਈ ਵੀ ਕੋਈ ਕਾ ਸੁਣੀ ਹੋਗੀ ਤੇ ਥਾਲੀ ਜਾਂ ਗਲਾਸ ਜਾਂ ਪ੍ਰਸ਼ਾਦਾ ਪਾਣੀ ਐਵੇਂ ਵਗਾ ਮਾਰਤਾ ਲੱਤ ਮਾਰਦੀ ਪੈਰ ਮਾਰ ਦਿੱਤਾ ਇਹ ਚੀਜ਼ਾਂ ਪਰਮਾਤਮਾ ਨੂੰ ਜਮਾ ਪਸੰਦ ਨਹੀਂ ਜੋ ਐਵੇਂ ਕਰਦੇ ਉਹ ਫਿਰ ਧਰਤ ਤੇ ਜਿਉਂਦੇ ਜੀ ਇਸ ਦੀ ਸਜ਼ਾ ਵੀ ਭੁਗਤ ਹੈ ਜਿਸ ਘਰ ਦੇ ਵਿੱਚ ਪ੍ਰਸ਼ਾਦੇ ਪਾਣੀ ਦੀ ਇੱਜ਼ਤ ਨਹੀਂ ਉਥੇ ਪਰਮਾਤਮਾ ਕਦੇ ਵੀ ਰਿਜਕ ਵਿੱਚ ਵਾਧਾ ਨਹੀਂ ਕਰਦੇ ਤੇ ਨਾ ਹੀ ਬਰਕਤ ਤੇ ਤਰੱਕੀ ਦਿੰਦੇ ਨੇ ਅਗਲੀ ਗੱਲ ਖਾਣਾ ਬਣਾਉਣ ਵਾਲੀ ਥਾਂ ਕਦੀ ਗੰਦੀ ਨਾ ਹੋਵੇ। ਕਈ ਘਰਾਂ ਵਿੱਚ ਖਾਣਾ ਬਣਾਉਣ ਵਾਲੀ ਥਾਂ ਸਾਫ਼ ਨਹੀਂ ਹੁੰਦੀ। ਜਿੱਥੇ ਤੁਸੀਂ ਸੰਸਾਰ ਦੀ ਸਭ ਤੋਂ ਕੀਮਤੀ ਦਾਤ ਨੂੰ ਬਣਾ ਰਹੇ ਹੋ ਉੱਥੇ ਗੰਦਗੀ ਕਿਉਂ ਕਰਦੇ ਹੋ? ਇਸ ਤਰ੍ਹਾਂ ਤੁਹਾਨੂੰ ਘਰ ਬੇ ਜਿਹੜੀ ਹੈ ਨਾ ਬੇਬਰਕਤੀ ਆਉਂਦੀ ਨਜ਼ਰ ਆਵੇਗੀ ਤੇ ਹਰ ਪਾਸੇ ਦਲੇਦਰ ਵੀ ਦਿ세ਗਾ। ਤੇ ਤੁਸੀਂ ਹਮੇਸ਼ਾ ਪਰੇਸ਼ਾਨ ਵੀ ਰਹੋਗੇ। ਐਵੇਂ ਕਰਨ ਨਾਲ ਘਰ ਦੇ ਵਿੱਚ ਬਿਮਾਰੀਆਂ ਵਿੱਚ ਵੀ ਵਾਧਾ ਹੋਏਗਾ। ਇਸ ਲਈ ਘਰ ਵਿੱਚ ਹਮੇਸ਼ਾ ਸਾਫ਼ ਸਫਾਈ ਰੱਖੋ। ਅਗਲੀ ਚੀਜ਼ ਹੈ ਟੁੱਟੇ ਹੋਏ ਢਾਂਡੇ ਦੀ ਵਰਤੋਂ ਕਰਨੀ। ਘਰ ਵਿੱਚ ਕਈ ਵਾਰੀ ਹੁੰਦਾ ਕਹਿੰਦੇ ਨਵੇਂ ਰੱਖ ਦੋ, پرਹੋਣੇ ਹੋਣਗੇ ਤੇ ਉਹਨਾਂ ਨੂੰ ਖਵਾਵਾਂਗੇ ਤੇ ਆਪ ਇਸੇ ਚ ਖਾ ਲਓ। ਐਵੇਂ ਕਰਨਾ ਗਲਤ ਹੈ। ਐਵੇਂ ਕਦੇ ਨਾ ਕਰੋ। ਟੁੱਟੇ ਢਾਂਡੇ ਬਿਨਾਂ ਮਜਬੂਰੀ ਤੋਂ ਖਾਣਾ। ਭਾਵ ਘਰ ਪੇ ਬਰਕਤੀ ਨੂੰ ਲੈ ਕੇ ਆਉਣਾ। ਦਲਿੱਦਰ ਨੂੰ ਆਪਣੇ ਘਰ ਆਪ ਵਾੜਨਾ, ਵਿਆਜਾ ਭਰਾ ਵੇਚ। ਅਗਲੀ ਗੱਲ ਹੈ ਮੰਜੇ ਤੇ ਜਾਂ ਫਿਰ ਆਪਣੇ ਬੈੱਡ ਤੇ ਬੈਠ ਕੇ ਪ੍ਰਸ਼ਾਦਾ ਖਾਣਾ ਇੱਕ ਤਾਂ ਐਵੇਂ ਪ੍ਰਸ਼ਾਦਾ ਪਚਦਾ ਨਹੀਂ ਤੇ ਦੂਸਰਾ ਇਸ ਤਰ੍ਹਾਂ ਆਪਾਂ ਕਰ ਦਲਿੱਦਰ ਲੈ ਕੇ ਆ ਰਹੇ ਕਿਉਂਕਿ ਉਹ ਖਾਣ ਵਾਲੇ ਬਿਸਤਰ ਤੇ ਪਤਾ ਨਹੀਂ ਕਿੰਨੇ ਕੁ ਕਿਟਾ ਨੂੰ ਬੈਕਟੀਰੀਆ ਕੀ ਕੁਝ ਹੁੰਦਾ ਉਹ ਪ੍ਰਸ਼ਾਦੀ ਦੇ ਨਾਲ ਅੰਦਰ ਜਾਣਗੇ ਤੇ ਬਿਮਾਰੀਆਂ ਤੇ ਰੋਗ ਲਾ ਮੰਜੇ ਤੇ ਲੰਮੇ ਪਾ ਦੇਣਗੇ ਅਗਲੀ ਗੱਲ ਕਹਿੰਦੇ ਆ ਵੀ ਨੰਗੇ ਸਿਰ ਪ੍ਰਸ਼ਾਦਾ ਬਣਾਉਣਾ ਤੇ ਖਾਣਾ ਇਤੇ ਆਪਾਂ ਨੂੰ ਦੋ ਨੁਕਸਾਨ ਨੇ ਪਹਿਲਾ ਵੀ ਆਪਣਾ ਕੋਈ ਵਾਲ ਉੱਡ ਕੇ ਵਿੱਚ ਪੈ ਜਾਵੇ ਜਿਸ ਨਾਲ ਪੂਰਾ ਆਪਣਾ ਜਿੰਨਾ ਵੀ ਪ੍ਰਸ਼ਾਦਾ ਪਾਣੀ ਬਣਾਇਆ ਸਾਰਾ ਬੇਕਾਰ ਹੋ ਗਿਆ ਐਵੇਂ ਕਰਨ ਨਾਲ ਪ੍ਰਸ਼ਾਦੇ ਵਿੱਚ ਕਦੇ ਵੀ ਫਿਰ ਬਰਕਤ ਨਹੀਂ ਆਉਂਦੀ ਕਿਸੇ ਚੀਜ਼ ਨੂੰ ਦਿੱਤਾ ਆਦਰ ਸਤਕਾਰ ਹਮੇਸ਼ਾ ਕਰ ਬਰਕਤ ਹੀ ਲੈ ਕੇ ਆਉਂਦਾ ਕਈ ਲੋਕ ਫਿਰ ਕੀ ਕਰਦੇ ਨੇ ਰਾਤ ਨੂੰ ਪ੍ਰਸ਼ਾਦਾ ਪਾਣੀ ਖਾ ਲਿਆ ਢੇਰ ਭਾਂਡਿਆਂ ਦਾ ਸ਼ਿੰਕ ਚਈਆਂ ਫਿਰ ਇੱਕ ਪਾਸੇ ਰੱਖ ਕੇ ਤੇ ਦਾਬੜੇ ਚ ਪਾ ਕੇ ਤੇ ਸੋ ਜਾਂਦੇ ਫਿਰ ਸਵੇਰੇ ਥੋਲਾਂਗੇ ਆਲਸ ਕਰ ਬੈਠਦੇ ਨੇ ਐਵੇਂ ਦੀ ਆਦਤ ਗਲਤ ਹੈ 15 ਮਿੰਟ ਦਾ ਸਮਾਂ ਲੱਗਣਾ ਸਾਫ਼ ਕਰਨ ਵਿੱਚ ਪਤ ਤੋਂ ਪਤ 15 ਮਿੰਟ ਲੱਗਣਗੇ ਐਵੇਂ ਕਿਹਾ ਜਾਂਦਾ ਹੈ ਜੋ ਐਵੇਂ ਕਰਦੇ ਨੇ ਨਾ ਪਾਂਡੇ ਝੂਠੇ ਰੱਖ ਕੇ ਸੋ ਜਾਂਦੇ ਨੇ ਘਰ ਬਰਕਤ ਨਹੀਂ ਵਾਸ ਕਰਦੇ ਰੋਗ ਤੇ ਬਿਮਾਰੀਆਂ ਤੇ ਦਲਿੱਦਰ ਉਸ ਘਰ ਥਾਂ ਬਣਾ ਲੈਂਦੇ ਇਸ ਲਈ ਨਾ ਕਰ ਅਗਲੀ ਗੱਲ ਕਹਿੰਦੇ ਨੇ ਖਾਣਾ ਬਣਾਉਣ ਸਮੇਂ ਕਿਸੇ ਬਾਰੇ ਮਾੜਾ ਸੋਚਣਾ ਇਹ ਗਲਤ ਜਾਂ ਮਾੜਾ ਬੋਲਣਾ ਇਹ ਵੀ ਗਲਤ ਹੈ ਗੱਲਾਂ ਕਰੀ ਜਾਣੀਆਂ ਇਹ ਵੀ ਗਲਤ ਹੈ ਜਿਵੇਂ ਦਾ ਖਾਣਾ ਬਣਾਉਣ ਸਮੇਂ ਭਾਵ ਹੋਵੇਗਾ ਉਵੇਂ ਦਾ ਹੀ ਅਸਰ ਹੋਵੇਗਾ ਜੇ ਜੋ ਖਾਣਗੇ ਉਹਨਾਂ ਦੇ ਮਨ 'ਚ ਵੀ ਉਹ ਨਫ਼ਰਤ ਵੈਰ ਤੇ ਈਰਖਾ ਹੋਵੇਗੀ ਜੇਕਰ ਇਸ ਵਿੱਚੋਂ ਇੱਕ ਵੀ ਗਲਤੀ ਕਰਦੇ ਆ ਤਾਂ ਅੱਜ ਹੀ ਸੰਭਲ ਜਾ ਤੇ ਅੱਜ ਹੀ ਛੱਡ ਦੋ ਇਹ ਕਰ ਬਰਕਤ ਨੂੰ ਕਦੇ ਨਹੀਂ ਵਧਨ ਦਿੰਦੀ ਇਸ ਕਰਕੇ ਇਹ ਚੀਜ਼ਾਂ त्याਗिए ਤੇ ਆਪਾਂ ਵੀ ਉਹ ਤਿੰਨ ਕਰ ਬਣੀਏ ਜਿਸ ਕਰ ਹਮੇਸ਼ਾ ਬਰਕਤ ਰਹਿੰਦੀ ਤੇ ਹਮੇਸ਼ਾ ਵਾਗਰੂਫਿਰ ਮਿਹਰ ਦਾ ਮੀ ਵਰਸੋਂਦੇ ਫਿਰ ਆਓ ਇਹ ਛੋਟੀਆਂ-ਛੋਟੀਆਂ ਗਲਤੀਆਂ ਨੂੰ ਤਿਆਗिए ਤੇ ਜ਼ਿੰਦਗੀ ਨੂੰ ਸਵਰਗ ਬਣਾਈਏ